ਇੱਕ ਦੇ ਉੱਤੇ ਗੋਲੀ ਖਾ ਲੈਣੀ ਦੁਸ਼ਮਣ ਦੀ, ਹਰੇਕ ਦੇ ਹਿੱਸੇ ਥੋੜ੍ਹੀ ਆਉਂਦਾ। ਇਹ ਕਿਸੇ ਪ੍ਰਾਈਵੇਟ ਨੌਕਰੀ ਦੇ ਵਿੱਚ ਥੋੜ੍ਹੀ ਆਉਂਦਾ ਜਿਹੜੇ ਤਰੀਕੇ ਦੇ ਨਾਲ ਤੁਸੀਂ ਉਹਦਾ ਪ੍ਰਾਈਵੇਟਾਈਜ਼ ਕਰ ਦੇਣ ਲੱਗੇ ਹੋ। 4 ਸਾਲਾਂ ਦੇ ਵਿੱਚ ਤਾਂ ਮਸੀ ਇੱਕ ਜਿਹੜਾ ਫੌਜੀ ਆ ਉਹ ਤਿਆਰ ਹੁੰਦਾ, ਦੇਸ਼ ਭਰ ਦੇ ਵਿੱਚ ਵਿਰੋਧ ਦੇ ਸੁਰ ਉੱਠ ਕੇ ਖੜੇ ਹੋ ਗਏ ਆ। ਪਹਿਲਾਂ 3 ਸਾਲ ਫੌਜ ਦੇ ਵਿੱਚ ਭਰਤੀ ਨਹੀਂ ਸੀ ਹੋ ਰਹੀ। ਪੰਨੂ ਸਾਹਿਬ, ਕੇਂਦਰ ਸਰਕਾਰ ਨੇ ਇੱਕ ਸਕੀਮ ਕੱਢੀ ਹੈ ਜੀ, ਅਗਨੀਪਥ ਜੇ ਆਮ ਭਾਸ਼ਾ 'ਚ ਕਹਿ ਦਈਏ, ਤੇ ਠੇਕੇ ਤੇ ਫੌਜ ਵਾਲਿਆਂ ਦੀ ਭਰਤੀ ਕਹਿੰਦੇ ਅਸੀਂ ਕਰਨੀ ਆ, ਡਿੰਗਾ ਮਾਰਦੇ ਨੇ। ਕੇਂਦਰੀ ਵਜ਼ੀਰ ਹੁਕਮਰਾਨ ਕਹਿੰਦੇ ਨੇ ਬਹੁਤ ਚੰਗੀ ਸਕੀਮ ਹੈ, ਪਰ ਲੋਕ ਸੜਕਾਂ ਤੇ ਆ ਗਏ ਨੇ, ਪ੍ਰਦਰਸ਼ਨ ਕਰ ਰਹੇ ਨੇ ਜੀ ਇਸ ਸਕੀਮ ਦਾ। ਦੇਖੋ ਜੇ ਤੁਸੀਂ ਉਹਦਾ ਨਾਮ ਦੇਖੋ ਤੇ ਉਹਦਾ ਨਾਮ ਹੈਗਾ ਅਗਨੀਪਥ, ਤੇ ਜਿਹੜੇ ਉਹਦੇ 'ਚ ਭਰਤੀ ਹੋਣਗੇ ਉਹਦਾ ਨਾਮ ਫੌਜੀ ਨਹੀਂ ਅਗਨੀਵੀਰ ਹੋਊਗਾ। ਤੇ ਜਿੰਨੀਆਂ ਅੱਗਾਂ ਲੱਗ ਰਹੀਆਂ ਨੇ ਇਹਦਾ ਮਤਲਬ ਇਹ ਹੈ ਕਿ ਨੌਜਵਾਨਾਂ ਨੇ ਇਹਦਾ ਮਤਲਬ ਕੋਈ ਹੋਰ ਲਾ ਲਿਆ, ਕਿ ਥਾਂ ਥਾਂ ਦੇ ਉੱਤੇ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਫੌਜ ਜਿਹੜੀ ਆ, ਜਿਹੜੇ ਲੋਕ ਸਰਹੱਦਾਂ ਦੇ ਉੱਤੇ ਲੜਦੇ ਆ, ਚਾਹੇ ਉਹ ਫੌਜੀ ਜਵਾਨ ਨੇ ਚਾਹੇ ਆਫਿਸਰ ਨੇ, ਉੱਥੇ ਕੋਈ ਜਜ਼ਬੇ ਵਾਲਾ ਬੰਦਾ ਜਾਂਦਾ, ਉੱਥੇ ਕੋਈ ਵੋਟਾਂ ਲੈ ਕੇ ਜਾਂ ਹੇਰਾਫੇਰੀ ਕਰਕੇ ਮਸ਼ੀਨਾਂ ਦੇ ਵਿੱਚ ਉਹ ਲੋਕ ਨਹੀਂ ਜਾਂਦੇ। ਨੌਕਰੀਆਂ ਤਾਂ ਹੋਰ ਬੜੀਆਂ ਨੇ, ਪਰ ਜਿਹੜਾ ਫੌਜ ਦੇ ਵਿੱਚ ਜਾਣਾ ਉਹ ਆਪਣੇ ਆਪ ਦੇ ਵਿੱਚ ਮੁਲਕ ਦੇ ਪ੍ਰਤੀ ਇੱਕ ਕਮਿਟਮੈਂਟ ਹੁੰਦੀ ਹੈ ਬਹੁਤ ਵੱਡੀ। ਜਿਹਨਾਂ ਘਰਾਂ ਦੇ ਵਿੱਚ ਸਾਬਕਾ ਫੌਜੀ ਆਫਿਸਰ ਨੇ ਉਹ ਦੱਸ ਸਕਦੇ ਆ ਕਿ ਡਿਸਿਪਲਿਨ ਕੀ ਹੁੰਦਾ। ਇਹ ਉਹਨਾਂ ਲੋਕਾਂ ਦੇ ਕੋਲ ਹੈ ਅੱਜ ਵੀ, ਜੇ ਕਿਤੇ ਕੋਈ ਚੀਜ਼ ਜਿਉਂਦੀ ਹੈ ਤਾਂ ਉਹ ਸਾਬਕਾ ਫੌਜੀਆਂ ਦੇ ਕੋਲ ਜਿਉਂਦੀ ਹੈ ਡਿਸਿਪਲਿਨ ਦੇ ਰੂਪ ਦੇ ਵਿੱਚ, ਕਿਉਂਕਿ ਉਹਨਾਂ ਨੇ ਪਿੰਡੇ ਦੇ ਉੱਤੇ ਹੰਢਾਇਆ ਹੁੰਦਾ। ਇੱਕ ਦੇ ਉੱਤੇ ਗੋਲੀ ਖਾ ਲੈਣੀ ਦੁਸ਼ਮਣ ਦੀ, ਹਰੇਕ ਦੇ ਹਿੱਸੇ ਥੋੜ੍ਹੀ ਆਉਂਦਾ। ਇਹ ਕਿਸੇ ਪ੍ਰਾਈਵੇਟ ਨੌਕਰੀ ਦੇ ਵਿੱਚ ਥੋੜ੍ਹੀ ਆਉਂਦਾ ਜਿਹੜੇ ਤਰੀਕੇ ਦੇ ਨਾਲ ਤੁਸੀਂ ਉਹਦਾ ਪ੍ਰਾਈਵੇਟਾਈਜ਼ ਕਰ ਦੇਣ ਲੱਗੇ ਹੋ। ਇਹ ਕਮਿਟਮੈਂਟ, ਘੱਟੋ ਘੱਟ ਉਸ ਭਾਵਨਾ ਨੂੰ ਸਮਝਣਾ ਚਾਹੀਦਾ। ਔਰ ਜਿਹੜਾ ਇਹ ਅਗਨੀਪਥ ਨਵਾਂ ਸਿਸਟਮ ਲਿਆਂਦਾ ਜਾ ਰਿਹਾ, 4 ਸਾਲਾਂ ਦੇ ਵਾਸਤੇ ਤੁਸੀਂ ਫੌਜ ਦੇ ਵਿੱਚ ਰੱਖੋਗੇ, ਫਿਰ ਉਹਨਾਂ ਨੂੰ ਆਖੋਗੇ ਕਿ ਜਾਓ ਆਪੋ ਆਪਣੇ ਘਰੇ, ਹੁਣ ਤੁਹਾਡੀ ਜ਼ਰੂਰਤ ਨਹੀਂ ਰਹੀ। 4 ਸਾਲਾਂ ਦੇ ਵਿੱਚ ਤਾਂ ਮਸੀ ਇੱਕ ਜਿਹੜਾ ਫੌਜੀ ਆ ਉਹ ਤਿਆਰ ਹੁੰਦਾ ਰੀਅਲ ਦੇ ਵਿੱਚ, ਜਦੋਂ ਉਹ ਆਪਣੇ ਮੁਲਕ ਪ੍ਰਤੀ ਏਡਾ ਕਮਿਟਡ ਹੋ ਜਾਂਦਾ ਆ ਕਿ ਉਹ ਕਿਸੇ ਚੀਜ਼ ਦੀ ਫਿਰ ਪਰਵਾਹ ਨਹੀਂ ਕਰਦਾ। ਔਰ ਇਹ ਲੋਕ ਇਹ ਕਹਿੰਦੇ ਆ ਕਿ ਸਰਕਾਰ ਕਹਿੰਦੀ ਆ ਕਿ 4 ਸਾਲਾਂ ਦੇ ਵਿੱਚ ਅਸੀਂ ਘਰੇ ਤੋਰ ਦਾਂਗੇ 75% ਨੂੰ, ਅਤੇ ਉਸ ਤੋਂ ਬਾਅਦ ਫਿਰ ਨਵੀਂ ਭਰਤੀ ਕਰਾਂਗੇ ਅਤੇ 25% ਹੋਣਗੇ ਜਿਹਨਾਂ ਨੂੰ ਅਸੀਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਆ ਉੱਥੇ ਲੈ ਜਾਂਗੇ। ਇਹ ਬੜਾ ਅਜੀਬੋ ਗਰੀਬ ਜਿਹੜਾ ਉਹ ਮਾਮਲਾ ਸੀ, ਮੈਂ ਵਿਸਥਾਰ ਵੀ ਕੱਲ੍ਹ ਆਪਾਂ ਇਹਦਾ ਸਾਂਝਾ ਕੀਤਾ ਸੀਗਾ ਕਿ ਇਹ ਚੱਲਣਾ ਕਿਵੇਂ ਆ। ਇਹ ਤਾਂ ਹਾਸੋਹੀਣੀ ਜਿਹੀ ਸਥਿਤੀ ਹੈ, ਇੱਦਾਂ ਤਾਂ ਕੋਈ ਜਿਹੜੇ ਪ੍ਰਾਈਵੇਟ ਛੋਟੀ ਬੈਂਕ ਵਾਲਾ ਉਹ ਵੀ ਬੰਦਾ ਇਸ ਤਰ੍ਹਾਂ ਨਹੀਂ ਰੱਖਦਾ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਫੌਜ ਦੇ ਵਿੱਚ ਭਰਤੀ ਦੀ ਗੱਲ ਜਿਹੜੀ ਉਹ ਕੀਤੀ ਹੈ। ਇਹਦੇ ਰਿਐਕਸ਼ਨ ਦੀ ਉਮੀਦ ਸੀਗੀ, ਪਰ ਇਹਦਾ ਰਿਐਕਸ਼ਨ ਏਡਾ ਖਤਰਨਾਕ ਹੋ ਤਰੂਗਾ ਇਹਦੀ ਉਮੀਦ ਨਹੀਂ ਸੀਗੀ। ਅੱਜ ਮੁਲਕ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਨੌਜਵਾਨ ਵਰਗ, ਖਾਸ ਤੌਰ ਦੇ ਉੱਤੇ ਜਿਹਨਾਂ ਸੂਬਿਆਂ ਦੇ ਨੌਜਵਾਨ ਫੌਜ ਦੇ ਵਿੱਚ ਆਉਂਦੇ ਆ, ਉੱਥੇ ਥਾਂ ਥਾਂ ਦੇ ਉੱਤੇ ਵੱਡੇ ਰੋਸ ਪ੍ਰਦਰਸ਼ਨ ਜਿਹੜੇ ਉਹ ਹੋਣ ਲੱਗੇ ਆ। ਕਿਤੇ ਨਾ ਕਿਤੇ ਇਹ ਰੋਸ ਪ੍ਰਦਰਸ਼ਨ, ਜਿਵੇਂ ਅੱਗਾਂ ਲੱਗ ਰਹੀਆਂ ਨੇ, ਇਹ ਮੰਡਲ ਕਮਿਸ਼ਨ ਦੀ ਯਾਦ ਦਵਾ ਰਹੇ ਆ। ਜਦੋਂ VP ਸਿੰਘ ਦੀ ਸਰਕਾਰ ਦੇ ਵੇਲੇ ਇਸ ਕਿਸਮ ਦੀਆਂ ਅੱਗਾਂ ਲੱਗਣੀਆਂ ਸ਼ੁਰੂ ਹੋਈਆਂ ਸੀਗੀਆਂ। ਰੋਹਤਕ ਦੇ ਵਿੱਚ ਇੱਕ ਵਿਦਿਆਰਥੀ ਨੇ ਆਪਣੀ ਜਾਨ ਦੇ ਦਿੱਤੀ ਹੈ। ਪਲਵਲ ਦੇ ਵਿੱਚ ਪੁਲਿਸ ਦੀਆਂ 3 ਗੱਡੀਆਂ ਫੂਕੀਆਂ ਗਈਆਂ ਨੇ। UP, ਮੱਧ ਪ੍ਰਦੇਸ਼ ਸਣੇ 7 ਰਾਜਾਂ ਦੇ ਵਿੱਚ ਇਸ ਵੇਲੇ ਬਹੁਤ ਵੱਡੇ ਪ੍ਰਦਰਸ਼ਨ ਜਿਹੜੇ ਉਹ ਹੋ ਰਹੇ ਆ। ਔਰ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਦੇਸ਼ ਭਰ ਦੇ ਵਿੱਚ ਵਿਰੋਧ ਦੇ ਸੁਰ ਉੱਠ ਕੇ ਖੜੇ ਹੋ ਗਏ ਆ। ਬਿਹਾਰ ਤੋਂ ਨਿਕਲੀ ਇਹ ਚਿੰਗਾਰੀ ਨੇ ਅੱਜ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ, ਮੱਧ ਪ੍ਰਦੇਸ਼ ਸਣੇ 7 ਰਾਜਾਂ ਨੂੰ ਆਪਣੇ ਸੇਕ ਦੇ ਵਿੱਚ ਲੈ ਲਿਆ। ਦੁੱਖ ਵਾਲੀ ਗੱਲ ਇਹ ਆ ਕਿ ਹਰਿਆਣਾ ਦੇ ਰੋਹਤਕ ਦੇ ਵਿੱਚ ਇਸ ਯੋਜਨਾ ਦਾ ਵਿਰੋਧ ਕਰ ਰਹੇ ਇੱਕ ਵਿਦਿਆਰਥੀ ਨੇ ਆਤਮ ਹੱਤਿਆ ਕਰ ਲਈ। ਪਲਵਲ ਦੇ ਵਿੱਚ ਹੰਗਾਮਾ ਕਰ ਰਹੇ ਵਿਦਿਆਰਥੀਆਂ ਨੇ ਪੁਲਿਸ ਦੀਆਂ 3 ਗੱਡੀਆਂ ਸਾੜ ਦਿੱਤੀਆਂ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਵਿੱਚ ਚੋਣ ਅਭਿਆਨ ਦੇ ਵਾਸਤੇ ਜਾ ਰਹੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਰੈਲੀ ਦੇ ਵਿੱਚ ਵਿਰੋਧ ਜਤਾਉਣ ਦੇ ਵਾਸਤੇ ਨੌਜਵਾਨਾਂ ਨੂੰ ਰੋਕਿਆ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਹੋ ਰਹੇ ਨੇ। ਅੱਜ ਇੱਕ ਨੌਜਵਾਨ ਨੇ ਰੋਹਤਕ ਦੇ PG ਹੋਸਟਲ ਦੇ ਵਿੱਚ ਖੁਦ ਨੂੰ
ਫਾਹਾ ਲਾ ਕੇ ਸੁਸਾਈਡ ਕਰ ਲਿਆ। ਉਹਦਾ ਨਾਮ ਸਚਿਨ ਸੀਗਾ, ਜੀਂਦ ਜ਼ਿਲ੍ਹੇ ਦੇ ਲਜਵਾਨਾ ਪਿੰਡ ਦਾ ਉਹ ਰਹਿਣ ਵਾਲਾ ਸੀ। ਫੌਜ ਦੇ ਵਿੱਚ ਭਰਤੀ ਦੀ ਪਾਲਿਸੀ ਦੇ ਅਗੇਂਸਟ ਸੀਗਾ ਔਰ ਉਹਨੇ ਭਰਤੀ ਕੈਂਸਲ ਹੋਣ ਤੇ 4 ਸਾਲ ਦੀ ਸਕੀਮ ਤੋਂ ਦੁਖੀ ਹੋ ਕੇ ਇਹ ਸਟੈਪ ਜਿਹੜਾ ਉਹ ਚੁੱਕਿਆ। ਅਗਨੀਪਥ ਯੋਜਨਾ ਦੇ ਖਿਲਾਫ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਦੂਜੇ ਦਿਨ ਪ੍ਰਦਰਸ਼ਨ ਜਾਰੀ ਰਿਹਾ। ਜਹਾਨਾਬਾਦ, ਬਕਸਰ, ਨਵਾਦਾ ਦੇ ਵਿੱਚ ਟ੍ਰੇਨ ਰੋਕੀਆਂ ਗਈਆਂ। ਛਪਰਾ ਤੇ ਮੁੰਗੇਰ ਦੇ ਵਿੱਚ ਸੜਕ ਦੇ ਉੱਤੇ ਅੱਗ ਲਾਉਣ ਦੀਆਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆਈਆਂ। ਜਿਹੜੇ ਪ੍ਰਦਰਸ਼ਨਕਾਰੀਆਂ ਨੇ ਮੁੰਗੇਰ ਦੇ ਵਿੱਚ ਪਟਨਾ ਭਾਗਲਪੁਰ ਮੁੱਖ ਜਿਹੜਾ ਮਾਰਗ ਆ ਉਹਦੇ ਉੱਤੇ ਸਫੀਆਬਾਦ ਦੇ ਕੋਲੇ ਜਾਮ ਕਰ ਦਿੱਤਾ। ਜਿਹੜੇ ਰਾਜਸਥਾਨ ਦੇ ਵਿੱਚ ਅੱਜ ਇਸ ਭਰਤੀ ਯੋਜਨਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਗਿਆ। ਨੌਜਵਾਨਾਂ ਨੂੰ ਸ਼ਾਰਟ ਟਰਮ ਯੋਜਨਾ ਬਿਲਕੁਲ ਰਾਸ ਨਹੀਂ ਆ ਰਹੀ। ਜੋਧਪੁਰ ਦੇ ਵਿੱਚ ਨੌਜਵਾਨ ਜਿਹੜੇ ਸੀ ਉਹ ਸੜਕ ਦੇ ਉੱਤੇ ਉੱਤਰ ਆਏ। ਯੂਪੀ ਦੇ ਬੁਲੰਦਸ਼ਹਿਰ, ਉਨਾਓ, ਅਲੀਗੜ੍ਹ, ਗਾਜ਼ੀਪੁਰ ਥਾਂ ਥਾਂ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ। ਪੋਸਟਰ ਅਤੇ ਬੈਨਰ ਲੈ ਕੇ ਨੌਜਵਾਨ ਜਿਹੜੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ। ਹਿਮਾਚਲ ਦੇ ਧਰਮਸ਼ਾਲਾ ਦੇ ਵਿੱਚ ਅੱਜ ਇੱਕ ਵੱਡਾ ਪ੍ਰਦਰਸ਼ਨ ਹੋਇਆ। ਹਰਿਆਣੇ ਦੇ ਗੁਰੂਗ੍ਰਾਮ, ਦਿੱਲੀ, ਜੈਪੁਰ ਹਾਈਵੇ ਦੇ ਉੱਤੇ ਨੌਜਵਾਨ ਆ ਕੇ ਬੈਠ ਗਏ ਨੇ, ਜਿਨ੍ਹਾਂ ਨੇ ਟ੍ਰੈਫਿਕ ਜਾਮ ਕਰ ਦਿੱਤਾ। ਸੜਕਾਂ ਦੇ ਉੱਤੇ ਬੈਠੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਇਹ ਕਹਿਣਾ, ਪਹਿਲਾਂ 3 ਸਾਲ ਫੌਜ ਦੇ ਵਿੱਚ ਭਰਤੀ ਨਹੀਂ ਸੀ ਹੋ ਰਹੀ ਅਤੇ ਹੁਣ 4 ਸਾਲ ਦੇ ਵਾਸਤੇ ਜਿਹੜੀ ਯੋਜਨਾ ਲਿਆ ਕੇ ਸਾਡੇ ਨਾਲ ਧੋਖਾ ਕੀਤਾ ਗਿਆ। ਨੌਜਵਾਨਾਂ ਦਾ ਇਹ ਕਹਿਣਾ ਕਿ 4 ਸਾਲਾਂ ਤੋਂ ਬਾਅਦ ਅਸੀਂ ਟ੍ਰੇਨਿੰਗ ਲੈ ਕੇ ਕਿੱਧਰ ਨੂੰ ਜਾਵਾਂਗੇ। ਨੌਜਵਾਨਾਂ ਦੀ ਗੱਲ ਵੀ ਸੱਚੀ ਹੈ। ਜਿੱਥੇ 94 ਸਾਲ ਦਾ ਬੰਦਾ, 95 ਸਾਲ ਦਾ ਬੰਦਾ ਇਹ ਗੱਲ ਕਹਿੰਦਾ ਕਿ ਮੈਨੂੰ ਇੱਕ ਮੌਕਾ ਹੋਰ ਦੇ ਦਿਓ, ਭਾਵ ਕਿ ਮੈਂ ਚੋਣ ਲੜ ਲਵਾਂ। ਨਾ 80 ਸਾਲ ਵਾਲਾ ਰਿਟਾਇਰ ਹੋ ਰਿਹਾ, ਨਾ 82 ਸਾਲ ਵਾਲਾ ਰਿਟਾਇਰ ਹੋ ਰਿਹਾ, ਨਾ 94 ਸਾਲ ਵਾਲਾ ਰਿਟਾਇਰ ਹੋ ਰਿਹਾ, ਨਾ 90 ਸਾਲ ਵਾਲਾ ਰਿਟਾਇਰ ਹੋ ਰਿਹਾ। ਕਹਿੰਦੇ ਇੱਕ ਮੌਕਾ ਹੋਰ ਦੇ ਦਿਓ। ਅਤੇ ਨੌਜਵਾਨ ਵਿਚਾਰੇ ਜਿਹੜੇ ਤੁਸੀਂ 18.5 ਸਾਲ ਤੋਂ 17.5 ਸਾਲ ਤੋਂ ਲੈ ਕੇ 23 ਸਾਲ ਦੇ ਭਰਤੀ ਕਰਨੇ ਆ, 23 ਸਾਲ ਦੀ ਉਮਰ ਦੇ ਵਿੱਚ ਤਾਂ ਜਿਹੜਾ ਨੌਜਵਾਨ ਆ ਉਹ ਇਹ ਸੋਚਦਾ ਕਿ ਉਹਨੇ ਆਪਣਾ ਘਰ ਬਾਰ ਵਸਾਉਣਾ, ਉਹਨੇ ਅੱਗੇ ਇਸ ਜ਼ਿੰਦਗੀ ਦੇ ਵਿੱਚ ਕੋਈ ਹੋਰ ਪਲਾਂਘਾਂ ਪੱਟਣੀਆਂ ਨੇ, ਅਤੇ ਉਦੋਂ ਤੁਸੀਂ ਉਹਨੂੰ ਘਰੇ ਵੀ ਤੋੜ ਦਿਓਗੇ ਕਿ ਜਾ ਆਪਣੇ ਘਰ ਨੂੰ। ਉਹ ਆਪਣੀ ਜ਼ਿੰਦਗੀ ਜਿਹੜੀ ਬਾਕੀ ਰਹਿੰਦੀ ਆ ਉਹ ਕਿੱਥੇ ਲੈ ਕੇ ਜਾਊਗਾ? ਇਹ ਬਹੁਤ ਵੱਡਾ ਸਵਾਲ ਹੈ। ਇਹ ਤਾਂ ਨੌਜਵਾਨਾਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਸਿੱਧਮ ਸਿੱਧਾ ਮਾਮਲਾ ਹੈ। ਆਈ ਥਿੰਕ ਸਰਕਾਰ ਨੂੰ ਤੁਰੰਤ ਇਸ ਮਾਮਲੇ ਦੇ ਉੱਤੇ ਦੁਬਾਰਾ ਤੋਂ ਗੌਰ ਕਰਨਾ ਚਾਹੀਦਾ, ਇਦੋਂ ਪਹਿਲਾਂ ਕਿ ਇਹ ਅੱਗ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਨਾ ਕਿਤੇ ਚਲੀ ਜਾਵੇ। ਕਿਉਂਕਿ ਨੌਜਵਾਨ ਵਰਗ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ। ਬੇਰੁਜ਼ਗਾਰੀ ਸਿਰ ਚੜ ਕੇ ਬੋਲ ਰਹੀ ਹੈ, ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ, ਔਰ ਜਦੋਂ ਨੌਕਰੀਆਂ ਦੀ ਗੱਲ ਆ ਰਹੀ ਹੈ ਤਾਂ ਸਰਕਾਰ ਨਵੇਂ ਤਜਰਬੇ ਕਰਨ ਲੱਗੀ ਹੈ ਕਿ ਸਾਨੂੰ ਕਿਤੇ ਪੈਨਸ਼ਨ ਨਾ ਦੇਣੀ ਪੈ ਜੇ। ਜਦੋਂ ਤਾਂ ਰਾਜਨੀਤਿਕਾਂ ਨੇ ਆਪਣੀ ਪੈਨਸ਼ਨ ਲੈਣੀ ਹੈ ਅਤੇ ਉਹ ਜਿੰਨੀ ਵਾਰੀ ਚੋਣ ਲੜੇ ਉਨੀਆਂ ਉਨੀਆਂ ਪੈਨਸ਼ਨਾਂ ਲਈ ਜਾਂਦੇ। ਪੰਜਾਬ ਦੇ ਵਿੱਚ ਇੱਕ ਵਿਧਾਨਕਾਰ ਇੱਕ ਪੈਨਸ਼ਨ ਵਾਲਾ ਮਾਮਲਾ ਚੱਲ ਰਿਹਾ ਨਾ, ਜਿਹੜੀ ਨਵੀਂ ਸਰਕਾਰ ਕਰ ਰਹੀ ਹੈ, ਇਹ ਤਾਂ 5-5 ਪੈਨਸ਼ਨਾਂ ਲਈ ਜਾਂਦੇ ਸੀ, 6-6 ਪੈਨਸ਼ਨਾਂ ਲਈ ਜਾਂਦੇ ਸੀ। ਹੁਣ ਇਸ ਮਾਮਲੇ ਦੇ ਉੱਤੇ ਸਾਰੇ ਚੁੱਪ ਕਰਕੇ ਬੈਠੇ ਆ, ਕੋਈ ਮੂੰਹ ਨਹੀਂ ਖੋਲ ਰਿਹਾ। ਘੱਟੋ ਘੱਟ ਫੌਜ ਵਾਲੇ ਮਾਮਲੇ ਦੇ ਉੱਤੇ ਤਾਂ ਅਜਿਹਾ ਕੁਛ ਨਹੀਂ ਹੋਣਾ ਚਾਹੀਦਾ। ਜਿਹੜੀ ਫੌਜ ਹੈ ਉਹ ਰੀੜ੍ਹ ਦੀ ਹੱਡੀ ਹੁੰਦੀ ਹੈ ਕਿਸੇ ਵੀ ਮੁਲਕ ਦੀ। ਖਾਸ ਤੌਰ ਦੇ ਉੱਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਚਫੇਰਿਓਂ ਅਜਿਹੀਆਂ ਮੁਸ਼ਕਲਾਂ ਦੇ ਨਾਲ ਘਿਰਿਆ ਹੋਇਆ ਕਿ ਨੇਪਾਲ ਵਰਗਾ ਮੁਲਕ ਵੀ ਸਾਨੂੰ ਅੱਖਾਂ ਦਿਖਾਈ ਜਾਂਦਾ। ਸ਼੍ਰੀਲੰਕਾ ਦੀ ਸਿਚੁਏਸ਼ਨ ਜਿਹੜੀ ਆ ਉੱਥੋਂ ਦੇ ਕੋਈ ਬਹੁਤੀ ਚੰਗੀ ਨਹੀਂ ਗੀ, ਐਮਰਜੈਂਸੀ ਵਰਗੇ ਉੱਥੇ ਹਾਲਾਤ ਨੇ, ਭੁੱਖਮਰੀ ਪਈ ਹੋਈ ਆ, ਕੁਛ ਵੀ ਹੋ ਸਕਦਾ। ਪਾਕਿਸਤਾਨ ਦੀ ਚਾਹੇ ਰਾਜਨੀਤਿਕ ਹਾਲਾਤ ਹੈ ਚਾਹੇ ਆਰਥਿਕ ਹਾਲਾਤ ਹੈ, ਉਹ ਚੰਗੀ ਨਹੀਂ ਗੀ, ਕੁਛ ਵੀ ਹੋ ਸਕਦਾ। ਉਹ ਕਦੀ ਵੀ ਜਿਹੜਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਚਾਈਨਾ ਦੀ ਗੱਲ ਹੀ ਕੀ ਕਰਨੀ, ਚਾਈਨਾ ਨੇ ਤਾਂ ਆ ਕੇ ਸਰਹੱਦਾਂ ਦੇ ਨੇੜੇ ਆ ਕੇ ਪਿੰਡ ਤੱਕ ਵਸਾ ਲਏ ਨੇ, ਥਾਂ ਥਾਂ ਦੇ ਉੱਤੇ ਉਹਨੇ ਕਬਜ਼ਾ ਕਰ ਲਿਆ। ਸੈਂਟਰਲ ਏਸ਼ੀਆ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ, ਬਿਜ਼ਨਸ ਕਰਨ ਦੇ ਵਾਸਤੇ ਚਾਈਨਾ ਚੜਿਆ ਆਉਂਦਾ। ਤੁਸੀਂ ਦੂਜੇ ਪਾਸੇ ਲੋਕਾਂ ਦੇ ਨਾਲ, ਨੌਜਵਾਨਾਂ ਦੇ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਜੇ ਤੁਸੀਂ ਫੌਜ ਦੇ ਵਿੱਚ ਭਰਤੀ ਹੋਣਾ, 1 ਸਾਲ ਦੀ ਟ੍ਰੇਨਿੰਗ, 3 ਸਾਲ ਉਦੋਂ ਬਾਅਦ 4 ਸਾਲ ਦੀ ਤੁਹਾਡੀ ਨੌਕਰੀ, 4 ਸਾਲਾਂ ਤੋਂ ਬਾਅਦ ਆਪੋ ਆਪਣੇ ਘਰੋਂ ਘਰੀ, ਨਾ ਕੋਈ ਪੈਨਸ਼ਨ ਨਾ ਕੋਈ ਬੈਨੀਫਿਟ। ਜਿਹੜੀ ਤਨਖਾਹ ਦਾ ਕੁਛ ਹਿੱਸਾ ਇਹਨਾਂ ਦਾ ਕੱਟਿਆ ਜਾਣਾ, ਉਹਦੇ ਵਿੱਚ ਹਿੱਸਾ ਜਿਹੜੀ ਉਹ ਸੈਂਟਰ ਦੀ ਸਰਕਾਰ ਪਾਊਗੀ।
ਸਵਾਲ ਵੱਡਾ ਇਹ ਹੈ ਕਿ ਕੀ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਾਸਤੇ ਪਾਲਿਸੀਆਂ ਬਣਾਉਣ ਦੇ ਵਾਸਤੇ ਚੁਣੀਆਂ ਜਾਂਦੀਆਂ ਨੇ ਜਾਂ ਲੋਕਾਂ ਦੀਆਂ ਪਾਲਿਸੀਆਂ ਬਣਾਉਣ ਦੇ ਵਾਸਤੇ ਚੁਣੀਆਂ ਜਾਂਦੀਆਂ ਨੇ? ਸਭ ਕੁਝ ਤਾਂ ਤੁਸੀਂ ਵੇਚਤਾ, ਏਅਰਪੋਰਟ ਤੁਸੀਂ ਵੇਚਤੇ, ਪੋਰਟ ਤੁਸੀਂ ਵੇਚਤੇ, ਰੇਲਵੇ ਸਟੇਸ਼ਨ ਤੁਸੀਂ ਵੇਚਤੇ, ਰੇਲਵੇ ਲਾਈਨਾਂ ਤੁਸੀਂ ਵੇਚਤੀਆਂ, ਕਾਰਪੋਰੇਟਾਂ ਦਾ ਹਰੇਕ ਜਗ੍ਹਾ ਦੇ ਉੱਤੇ ਤੁਸੀਂ ਕਬਜ਼ਾ ਕਰਾਤਾ। ਕਿਸੇ ਜਿਹੜੇ ਇਹ ਸਿਆਸਤਦਾਨ ਨੇ ਉਹਨਾਂ ਦਾ ਨਿਆਣਾ, ਪੁੱਤ ਭਤੀਜਾ ਉਹ ਵੀ ਕੋਈ ਫੌਜ 'ਚ ਜਾਂਦਾ ਦੇਖਿਆ? ਫੌਜ ਦੇ ਵਿੱਚ ਤਾਂ ਆਮ ਘਰਾਂ ਦੇ ਕਮਿਟਡ ਲੋਕ ਜਾਂਦੇ ਨੇ, ਤਿੰਨ ਤਿੰਨ ਪੀੜ੍ਹੀਆਂ, ਚਾਰ ਚਾਰ ਪੀੜ੍ਹੀਆਂ, ਪੰਜ ਪੰਜ ਪੀੜ੍ਹੀਆਂ ਹੋ ਗਈਆਂ ਜਿਹੜੀਆਂ ਫੌਜ ਦੇ ਵਿੱਚ ਇੱਕ ਕਮਿਟਮੈਂਟ ਦੇ ਤਹਿਤ, ਇੱਕ ਮੁਲਕ ਦੇ ਪ੍ਰਤੀ ਜਿਹੜੀ ਭਾਵਨਾ ਹੈ ਉਹਨੂੰ ਬਚਾਉਣ ਦੀ, ਉਹਦੇ ਤਹਿਤ ਫੌਜ ਦੇ ਵਿੱਚ ਲੋਕ ਭਰਤੀ ਹੁੰਦੇ ਨੇ। ਫੌਜ ਦੇ ਵਿੱਚ ਲੋਕ ਜਿਹੜੇ ਭਰਤੀ ਹੋਣ ਵਾਲੇ ਨੇ ਉਹ ਸਿਰਫ ਕੋਈ ਤਨਖਾਹ ਕਰਕੇ ਨਹੀਂ ਹੁੰਦੇ, ਬੈਨੀਫਿਟ ਕਰਕੇ ਨਹੀਂ ਹੁੰਦੇ। ਉਹਨਾਂ ਨੂੰ ਬੈਨੀਫਿਟ ਦੇਣੇ, ਉਹਨਾਂ ਨੂੰ ਪੈਨਸ਼ਨ ਦੇਣੀ, ਉਹਨਾਂ ਦੀ ਚੰਗੀ ਜ਼ਿੰਦਗੀ ਦਾ ਸੋਚਣਾ, ਜਦੋਂ ਉਹ ਰਿਟਾਇਰ ਹੋ ਕੇ ਆ ਜਾਣ ਉਦੋਂ ਉਹਨਾਂ ਦਾ ਧਿਆਨ ਰੱਖਣਾ, ਇਹ ਮੁਲਕ ਦੀ ਡਿਊਟੀ ਆ। ਔਰ ਇਸ ਡਿਊਟੀ ਤੋਂ ਮੁਲਕ ਨੂੰ ਕਿਸੇ ਵੀ ਹਾਲਤ ਦੇ ਵਿੱਚ ਭੱਜਣਾ ਨਹੀਂ ਚਾਹੀਦਾ। ਜਿਹੜੇ ਕੱਲ੍ਹ ਨੂੰ ਨਵੇਂ ਭਰਤੀ ਹੋਣੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਫੌਜ ਦੇ ਵਿੱਚ ਲਿਆਓਗੇ? ਜੇ ਤੁਸੀਂ ਉਹਨਾਂ ਦੀ ਰਿਟਾਇਰ ਜ਼ਿੰਦਗੀ ਦੀ ਜ਼ਿੰਮੇਵਾਰੀ ਲੈਣ ਦੇ ਵਾਸਤੇ ਤਿਆਰ ਨਹੀਂ, ਤੁਹਾਡੀ ਫੌਜ ਦੇ ਵਿੱਚ ਕੌਣ ਆਊਗਾ? ਜਾਂ ਤੁਸੀਂ ਪਰਖਣਾ ਚਾਹੁੰਦੇ ਹੋ, ਇਹੋ ਜਿਹੇ ਮਾਮਲਿਆਂ ਦੇ ਵਿੱਚ ਛੇੜ ਕੇ ਦੇਖਣਾ ਚਾਹੁੰਦੇ ਹੋ ਕਿ ਭਲਾ ਲੋਕ ਛਿੜਦੇ ਨੇ ਜਾਂ ਨਹੀਂ, ਲੋਕ ਛਿੜ ਪਏ ਨੇ। 7 ਰਾਜਾਂ ਦੇ ਵਿੱਚ ਇਸ ਵੇਲੇ ਜਿਹੜੀ ਹਾਲਾਤ ਹੈ ਉਹ ਬੇਕਾਬੂ ਹੁੰਦੀ ਤੁਰੀ ਜਾ ਰਹੀ ਹੈ। ਸਰਕਾਰ ਨੂੰ ਤੁਰੰਤ ਇਸ ਮਾਮਲੇ ਦੇ ਉੱਤੇ ਦਖਲ ਦੇ ਕੇ ਇਹਨੂੰ ਵਾਪਸ ਲੈਣਾ ਚਾਹੀਦਾ, ਤੁਰੰਤ, ਬਿਨਾਂ ਕਿਸੇ ਕੰਡੀਸ਼ਨ ਤੋਂ, ਬਿਨਾਂ ਕਿਸੇ ਸ਼ਰਤ ਤੋਂ।